ਸਾਡੇ ਨਾਲ ਦਰਸ਼ਕੋ ਇਸ ਵੇਲੇ ਖੜ੍ਹੇ ਨੇ ਭੁਪਿੰਦਰ ਸਿੰਘ ਸ਼ੇਜੂ ਜੀ, ਔਰ ਉਹਨਾਂ ਅਸੀਂ ਗੱਲਬਾਤ ਕਰ ਰਹੇ ਹਾਂ। ਸਿੰਘ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਜੀ, ਦਿੱਲੀ ਦੇ ਵਿੱਚ ਬੜਾ ਵੱਡਾ ਬਦਲਾਅ ਆਇਆ। ਬਦਲਾਅ ਕੀ ਆ, ਸਗੋਂ ਬਿਲਕੁਲ ਲੋਕਾਂ ਨੇ ਉਹ ਜਿਸ ਤਰ੍ਹਾਂ ਅਸੀਂ ਵੇਖਿਆ ਅਤੇ ਉਹਨਾਂ ਨੇ ਵੀ ਕੰਮਾਂ ਨੂੰ ਪਸੰਦ ਕੀਤਾ ਆ ਲੋਕਾਂ ਨੇ, ਵੀ ਜਿੰਨਾ ਕੰਮ ਕੀਤਾ ਤਾਂ ਉਹਨਾਂ ਦੇ ਉਹਨਾਂ ਨੂੰ ਵੋਟ ਵੀ ਪਾਈ ਔਰ ਉਹਨਾਂ ਨੂੰ ਜਿਤਾ ਵੀ ਦਿੱਤਾ ਆ। ਔਰ ਪਰ ਇੱਕ ਚੀਜ਼ ਹੋਈ ਆ ਵੀ ਉੱਥੇ ਸਿੱਖਾਂ ਦਾ ਬਿਲਕੁਲ ਕੋਈ ਯੋਗਦਾਨ, ਸਿੱਖਾਂ ਨੂੰ ਕੋਈ ਸੀਟ ਵੀ ਨਹੀਂ ਮਿਲੀ ਅਤੇ ਸਿੱਖਾਂ ਦਾ ਬਿਲਕੁਲ ਉੱਥੇ ਕੰਮ ਖਤਮ ਵਾਲਾ ਹੀ ਸਮਝੋ। ਕੀ ਸਮਝੋਗੇ ਇਸ ਇੰਨਾ ਵੱਡੀ ਉੱਥੇ ਸਿੱਖਾਂ ਨੂੰ ਪਛਾਣ ਸੁੱਟਿਆ ਗਿਆ ਆ, ਅਤੇ ਇਹਦੇ ਕਾਰਨ ਕੀ? ਦੇਖੋ, ਸਿੱਖਾਂ ਵਾਸਤੇ ਕੋਈ ਵੀ ਪਾਰਟੀ ਬਣਦੀ ਹੈ, ਚਾਹੇ ਪੰਜਾਬ 'ਚ ਬਣਦੀ ਜਾਂ ਦਿੱਲੀ ਵਾਸਤੇ ਦਿੱਲੀ ਦੇ ਵਿੱਚ ਬਣਦੀ ਹੈ, ਸਿੱਖਾਂ ਵਾਸਤੇ ਕੁਝ ਵੀ ਨਹੀਂ ਹੈਗਾ ਜੀ। ਹੁਣ ਪੰਜਾਬ ਦੇ ਵਿੱਚ ਤੁਸੀਂ ਕਾਂਗਰਸ ਦੀ ਸਰਕਾਰ ਵੇਖੀ ਜੀ ਔਰ ਅਕਾਲੀ ਭਾਜਪਾ ਦੀ ਸਰਕਾਰ ਵੇਖੀ, ਅਤੇ ਉਹਦੇ ਵਿੱਚ ਤੁਹਾਨੂੰ ਕੁਝ ਵੀ ਨਹੀਂ ਮਿਲਿਆ, ਨਹੀਂ ਮਿਲਿਆ। ਅਤੇ ਜੇ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਸਰਕਾਰ ਆਈ ਹੈ ਅਤੇ ਜੇ ਪਹਿਲੀ ਸਰਕਾਰ ਦੇ ਵਿੱਚ ਉਹਨੇ ਸਿੱਖ ਚਿਹਰੇ ਜਿਹੜੇ ਲਾਂਚ ਕੀਤੇ ਸੀਗੇ, ਐਤਕੀ ਉਹਨਾਂ ਨੂੰ ਵੀ ਟਿਕਟਾਂ ਨਹੀਂ ਦਿੱਤੀਆਂ, ਤਾਂ ਸਿੱਖਾਂ ਵਾਸਤੇ ਕਿਤੇ ਵੀ ਕੁਝ ਨਹੀਂ ਗਾ ਜੀ। ਬਾਕੀ ਫਿਰ ਵੀ ਜਿਹੜੀ ਕੇਜਰੀਵਾਲ ਦੀ ਪਾਰਟੀ ਆ ਉਹ ਦਿੱਲੀ ਦੇ ਵਿੱਚ ਰਾਜ ਕਰਦੀ ਆ, ਭਾਜਪਾ ਆ ਜਿਹੜੀ ਉਹ ਸੈਂਟਰ 'ਚ ਆ, ਇੰਡੀਆ 'ਚ ਆ, ਪੂਰੇ ਇੰਡੀਆ 'ਚ ਜਾਂ ਕੁਝ ਸਟੇਟਾਂ ਦੇ ਵਿੱਚ ਵੀ ਆ ਜੀ। ਉਸ ਤੋਂ ਬਾਅਦ ਕਾਂਗਰਸ ਆ ਜਾਂਦੀ, ਕਾਂਗਰਸ ਕੋਲ ਵੀ ਭਾਵੇਂ ਮਿਲੀਆਂ ਜੁਲੀਆਂ ਦੇ ਕੋਈ 4-5 ਸਟੇਟਾਂ ਹੈਗੀਆਂ ਨੇ ਜੀ, ਰਹਿ ਜਾਂਦੀ ਹੈ ਅਕਾਲੀਆਂ ਦੀ ਗੱਲ ਜੀ। ਅਕਾਲੀ ਸਰਕਾਰ ਨੇ ਸਿੱਖਾਂ ਨੂੰ ਮਤਲਬ ਕਾਫੀ ਸਮੇਂ ਤੋਂ ਜਿਹੜੀ ਪੰਥ ਨੂੰ ਪਿੱਠ ਦਿੱਤੀ, ਉਹਦਾ ਹੁਣ ਕੀ ਅਸਰ ਹੋਇਆ ਵਾ, ਕੀ ਉਹਨਾਂ ਦਾ ਆਪਾਂ ਕਹਿ ਸਕਦੇ ਹਾਂ ਵੀ ਉਹਦਾ ਤੱਤ ਕੀ ਨਿਕਲ ਕੇ ਆਇਆ ਵਾ, ਉਹਨਾਂ ਵਾਸਤੇ ਜਗ੍ਹਾ ਸਿਰਫ ਪੰਜਾਬ ਦੇ ਵਿੱਚ ਹੀ, ਪੰਜਾਬ ਦੇ ਵਿੱਚੋਂ ਹੀ ਉਹਨਾਂ ਦਾ ਸਫਾਇਆ ਹੋ ਗਿਆ। ਪਰ ਪਿਛਲੇ ਸਮੇਂ ਦੇ ਵਿੱਚ ਤੁਸੀਂ ਵੇਖਿਆ ਵਾ ਵੀ ਹਰਿਆਣੇ ਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਲਤਾੜ ਦਿੱਤਾ ਜੀ, ਇਹਨਾਂ ਨੂੰ ਬਾਹਰ ਕੱਢ ਦਿੱਤਾ। ਦਿੱਲੀ ਦੇ ਵਿੱਚ ਵੀ ਉਹਨਾਂ ਨੇ ਇਹਨਾਂ ਨੂੰ ਬਾਹਰ ਕੱਢ ਦਿੱਤਾ ਜੀ, ਇੱਕ ਹੱਥ ਇਹਨਾਂ ਨਾਲ ਮਿਲਾਉਂਦੇ ਰਹੇ ਅਤੇ ਦੂਜੇ ਪਾਸਿਓਂ ਉਹਨਾਂ ਨੇ ਆਪਣੀਆਂ ਜਿਹੜੀਆਂ ਸੀਟਾਂ ਇਹਨਾਂ ਵਾਸਤੇ ਛੱਡੀਆਂ ਸੀ ਪੰਚਰ ਜੀ, ਉਹ ਵੀ ਜਿਹੜੀਆਂ ਘੋਸ਼ਿਤ ਕਰ ਦਿੱਤੀਆਂ ਕਿ ਉੱਥੇ ਸਾਡੇ ਆਹ ਜਿਹੜੇ ਉਮੀਦਵਾਰ ਕੈਂਡੀਡੇਟ ਜਿਹੜੇ ਖੜ੍ਹੇ ਹੋਣਗੇ ਜੀ। ਹੁਣ ਇਹ ਸੋਚਣ ਦੀ ਲੋੜ ਆ ਅਕਾਲੀਆਂ ਨੂੰ, ਕਿਉਂਕਿ ਇਹਨਾਂ ਨੇ ਪੰਥ ਨੂੰ ਪਿੱਠ ਦਿੱਤੀ ਆ, ਪੰਥ ਦਾ ਘਾਣ ਕੀਤਾ ਆ। ਹੁਣ ਬਾਦਲ ਸਾਹਿਬ ਨੂੰ ਕਿਤੇ ਨਾ ਕਿਤੇ ਸੋਚਣ ਦੀ ਲੋੜ ਆ ਵੀ ਕਿਤੇ ਨਾ ਕਿਤੇ ਹੁਣ ਤੁਹਾਨੂੰ ਯੂ ਟਰਨ ਜਿਹੜਾ ਮਾਰਨਾ ਪੈਣਾ ਆ ਜੀ ਪੰਥ ਵੱਲ ਨੂੰ, ਔਰ ਇਹ ਦਿਸਦਾ ਵੀ ਨਜ਼ਰ ਆ ਰਿਹਾ ਵਾ। ਹੁਣ ਤੁਸੀਂ ਵੇਖੋਗੇ ਵੀ ਹਾਲਾਤ ਕਿਤਨਾ ਦੇ ਬਣੇ ਨੇ, ਹੁਣ ਸਿੱਖਾਂ ਵਾਸਤੇ ਕਿਤੇ ਵੀ ਕੋਈ ਜਗ੍ਹਾ ਨਹੀਂ, ਨਾ ਇੱਧਰ ਜਗ੍ਹਾ ਆ ਅਤੇ ਨਾ ਹੀ ਉੱਧਰ ਜਗ੍ਹਾ ਆ। ਹੁਣ ਸਿੱਖਾਂ ਨੂੰ ਇਹਨਾਂ ਕਿਸੇ ਵੀ ਪਾਰਟੀ ਤੋਂ ਕੁਝ ਨਹੀਂ ਮਿਲਣਾ, ਸਿੱਖਾਂ ਨੂੰ ਆਪਣਾ ਕੋਈ ਵੱਖਰਾ ਜਿਹੜਾ ਸੋਚ ਰਹੇ ਨੇ ਉਹਦੇ ਉੱਤੇ ਹੀ ਪਹਿਰਾ ਦੇਣਾ ਪੈਣਾ ਵਾ। ਇਹ ਹਾਲਾਤ ਜੋ ਬਣੇ ਨੇ ਸਾਰਿਆਂ ਨਾਲੋਂ ਮਾੜੇ ਹਾਲਾਤ ਵੇਖੋ ਜਿਹੜੇ ਨੇ ਨਾ ਸਿੱਖ ਦੇ ਜਦੋਂ ਜਦ ਸ਼ੁਰੂ ਤੋਂ ਹੀ ਕਰਦੇ ਆਏ ਨੇ, ਸਾਰਿਆਂ ਨਾਲੋਂ ਮਾੜੇ ਹਾਲਾਤ ਜਿਹੜੇ ਅਕਾਲੀ ਦਲ ਦੇ ਬਣੇ ਨੇ, ਜਿਹਨਾਂ ਦੀ ਅੱਗੋਂ ਸਰਕਾਰ ਆਉਣੀ ਵੀ ਮੁਸ਼ਕਲ ਆ। ਪੰਜਾਬ ਦੇ ਵਿੱਚ ਵੀ ਦੇਖੋ ਉਹਨਾਂ ਨੇ ਰੌਲਾ ਪੁਰਾਣ ਸ਼ੁਰੂ ਕਰ ਦਿੱਤਾ ਕਿ ਸਾਨੂੰ ਇੰਨੀਆਂ ਸੀਟਾਂ ਚਾਹੀਦੀਆਂ। ਬਾਦਲ ਸਾਹਿਬ ਨੂੰ ਮੈਂ ਇਹ ਸੰਦੇਸ਼ ਦੇਣਾ ਚਾਹੁੰਦਾ ਵੀ ਬਾਦਲ ਸਾਹਿਬ ਸਿੱਖ ਯੂਥ ਸਾਰਾ ਜਾ ਰਿਹਾ ਬਾਹਰ ਜੀ, ਇੱਥੇ ਸਿੱਖਾਂ ਦੀਆਂ ਵੋਟਾਂ ਘੱਟ ਗਈਆਂ। ਹੁਣ ਜਿਹੜੇ ਹਿੰਦੂ ਵੋਟਰ ਆ ਉਹਨਾਂ ਨੇ ਜਿਹੜੀਆਂ ਸ਼ਿਵ ਸੈਨਾ ਜਾਂ ਦੂਜੇ ਦਲ ਆ, ਹਿੰਦੂ ਦਲ ਆ, ਕੱਟੜ ਦਲ, ਉਹਨਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਵੀ ਸਾਨੂੰ ਪੰਜਾਬ ਦੇ ਵਿੱਚ ਜਿਹੜਾ CM ਆ ਉਹ ਹਿੰਦੂ ਚਾਹੀਦਾ, ਹਿੰਦੂ ਚਾਹੀਦਾ। ਇਹ ਪੁਰਜ਼ੋਰ ਆਵਾਜ਼ ਉਠਾਈ ਆ ਅਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਅਸੀਂ ਵੀ ਉਹਨਾਂ ਦਾ ਸਮਰਥਨ ਕਰਾਂਗੇ, ਕਿਉਂਕਿ ਜਦੋਂ ਤੁਸੀਂ ਸਾਡਾ ਕੱਖ ਨਹੀਂ ਕੀਤਾ, ਹੋ ਸਕਦਾ ਕੋਈ ਹਿੰਦੂ ਲੀਡਰ ਜਿਹੜਾ ਆ ਕੇ ਸਾਡੇ 'ਤੇ ਜ਼ੁਲਮ ਕਰੂਗਾ ਤਾਂ ਸਾਨੂੰ ਕੋਈ ਦੁੱਖ ਨਹੀਂ ਹੋਊਗਾ, ਕਿਉਂਕਿ ਉਹ ਬਗਾਨਾ ਆ। ਤੁਸੀਂ ਆਪਣੇ ਹੋ ਕੇ ਸਾਡਾ ਕੀ ਸੋਚਿਆ? ਕੱਖ ਨਹੀਂ ਤੁਸੀਂ ਸੋਚਿਆ, ਤੁਸੀਂ ਪੰਥ ਨੂੰ ਸਮੁੰਦਰ ਦੇ ਵਿੱਚ ਜਾ ਕੇ ਅਤੇ ਬੇੜੀ ਦੇ ਵਿੱਚ ਛੇਕ ਕਰ ਦਿੱਤਾ ਸਾਨੂੰ, ਤਾਂ ਤੁਸੀਂ ਅਸੀਂ ਤਾਂ ਫਿਰ ਤਰ ਕੇ ਬਾਹਰ ਆ ਜਾਵਾਂਗੇ, ਤੁਹਾਡੇ ਵਾਸਤੇ ਔਖਾ ਹੋ ਜਾਣਾ, ਤੁਸੀਂ ਤਾਂ ਆਪਣਾ ਰਾਜ ਭਾਗ ਜਿਹੜਾ 5 ਵਾਰੀ ਟਰਮ ਪੂਰੀ ਕਰ ਲਈ। ਹੁਣ ਤੁਸੀਂ ਸੁਖਬੀਰ ਸਿੰਘ ਬਾਦਲ ਦਾ ਕੀ ਸੋਚਿਆ? ਸੁਖਬੀਰ ਸਿੰਘ ਬਾਦਲ ਦਾ ਤਾਂ ਮੁੱਖ ਮੰਤਰੀ ਬਣਨਾ ਔਖਾ ਹੋ ਗਿਆ ਜੀ, 5 ਵਾਰੀ ਤੁਸੀਂ ਬਣ ਗਏ। ਯੂਥ ਬਾਹਰ ਜਾ ਰਿਹਾ ਵਾ, ਹਿੰਦੂ ਜਿਹੜੇ ਆਪਣੇ ਮੁੱਖ ਮੰਤਰੀ ਦੀ ਡਿਮਾਂਡ ਕਰਦੇ ਵੀ ਸਾਨੂੰ ਹਿੰਦੂ ਮੁੱਖ ਮੰਤਰੀ ਚਾਹੀਦਾ ਵਾ, ਤਾਂ ਤੁਹਾਡੇ ਮਗਰ ਕੌਣ ਲੱਗੂਗਾ? ਭਾਜਪਾ ਤੁਹਾਨੂੰ ਲੱਤਾਂ ਮਾਰਨ ਦੀ ਕਗਾਰ 'ਤੇ ਆ, ਸਾਰਾ ਕੁਝ ਨਜ਼ਰ ਆ ਰਿਹਾ ਵੀ 2022 ਦੇ ਵਿੱਚ ਕੀ ਹੋਣਾ ਵਾ। ਜੇ ਭਾਜਪਾ ਕੋਲੋਂ ਪੰਜਾਬ ਨਹੀਂ ਰਹਿੰਦਾ ਨਾ ਰਹੇ, ਉਹਨਾਂ ਕੋਲੋਂ ਭਾਰਤ ਤਾਂ ਹੈਗਾ ਹੀ ਆ ਨਾ ਜੀ, ਕਾਂਗਰਸ ਕੋਲੋਂ 4-5 ਸਟੇਟਾਂ ਵਾ, ਕੇਜਰੀਵਾਲ ਨੇ ਉਹ ਸਾਹਮਣੇ ਤਾਂ ਤੁਹਾਡੇ ਕੋਲ ਕੀ ਆ? ਫਿਰ ਗੱਲ ਉਹ ਹੀ ਆ ਗਈ ਵੀ ਜਿਹੜੇ ਚੁੰਚਣੇ ਤੁਸੀਂ ਆਪਣਾ ਵਿਧਾਨ ਸਭਾ 'ਚ ਵਜਾਉਂਦੇ ਜਾਂਦੇ ਸੀਗੇ ਉਹ ਹੀ ਚੁੰਚਣੇ ਤੁਹਾਡੇ ਕੋਲ ਰਹਿ ਜਾਣੇ ਆ। ਇਹ ਤੁਸੀਂ ਮੇਰੀ ਇਹਨੂੰ ਚੰਗੇ ਤਰੀਕੇ ਨਾਲ ਲਵੋਗੇ ਤਾਂ ਤੁਸੀਂ ਇਹਦੇ ਤੋਂ ਆ ਜਿਹੜੀਆਂ ਗੱਲਾਂ ਮੈਂ ਕਰਨ ਡਿਆ ਤਾਂ ਤੁਸੀਂ ਸਿੱਖ ਸਕਦੇ ਹੋ।
ਤੁਹਾਡੇ ਕੋਲ ਫਿਰ ਵੀ ਮੌਕਾ ਹੈਗਾ ਜੇ ਤੁਹਾਡੀ ਬਾਂਹ ਫੜਨੀ ਅਤੇ ਸਿੱਖਾਂ ਨੇ ਫੜਨੀ ਆ ਜਿਹੜੇ ਸਿੱਖਾਂ ਨੂੰ ਤੁਸੀਂ ਲੱਤਾਂ ਮਾਰ ਕੇ ਪਿਛਾਂ ਕਰ ਰਹੇ ਹੋ ਜੀ ਅਤੇ ਇਹ ਜਿਹੜੀ ਰੋਸ ਰੈਲੀਆਂ ਕਰ ਰਹੇ ਇਹਦਾ ਕੀ ਮਤਲਬ ਨਿਕਲਿਆ? ਕੁਝ ਨਹੀਂ ਜੀ, ਬਾਦਲ ਸਾਹਿਬ ਤਾਂ ਪਹਿਲਾਂ ਹੀ ਆਪ ਹੀ ਸੁਖਬੀਰ ਬਾਦਲ ਹੋਣੀ ਕਹਿ ਸਕਦੇ ਆ ਵੀ ਜਿਹੜੇ ਵਿਹਲੇ ਲੋਕ ਆ ਧਰਨਾ ਲਾ ਲੈਂਦੇ ਆ। ਇਹਨਾਂ ਨੇ ਆਪਣੀ ਸਰਕਾਰ ਦੇ ਵਿੱਚ ਕਿਹਾ ਸੀਗਾ ਵੀ ਜਿਹਨਾਂ ਨੂੰ ਘਰੇ ਕੋਈ ਨਹੀਂ ਪੁੱਛਦਾ ਉਹ ਧਰਨਾ ਲਾ ਲੈਂਦੇ ਆ, ਉਹੀ ਗੱਲ ਹੁਣ ਇਹਨਾਂ ਦੇ ਉੱਤੇ ਟੁੱਟ ਜਾਂਦੀ ਆ। ਜੋ ਇਹ ਰੋਸ ਰੈਲੀਆਂ ਜਾਂ ਵੇਖੋ ਜੋ ਇਹ 2015 ਦੀ ਗੱਲ ਵਿਗੜਦੀ ਆਉਂਦੀ ਆ ਅਤੇ ਅਕਾਲੀ ਦਲ ਤੁਸੀਂ ਵੇਖਿਆ ਵੀ ਉਸ ਗੱਲ 'ਤੇ ਆਇਆ ਹੀ ਨਹੀਂਗਾ, ਉਸ ਗੱਲ ਨੂੰ ਮੰਨਣ ਨੂੰ ਤਿਆਰ ਨੀਗਾ। ਔਰ ਤੁਹਾਨੂੰ ਕੀ ਲੱਗਦਾ ਕੈਪਟਨ ਜਾਂ ਕਾਂਗਰਸ ਜਾਂ ਅਕਾਲੀ ਸਰਕਾਰ ਇਹ ਵੱਖ ਵੱਖ ਹੈ ਜਾਂ ਕੋਈ? ਦੇਖੋ ਜੀ, ਸਾਂਢ ਗਾਂਢ ਤਾਂ ਇਹਨਾਂ ਦੀ ਸਾਰਿਆਂ ਦੀ ਇਕੱਠੀ ਹੈਗੀ ਆ। ਹਾਂ, ਅਤੇ ਬਾਕੀ ਜਿਹੜਾ ਹੈ ਵੀ ਇਲੈਕਸ਼ਨ ਤਾਂ ਇਹਨਾਂ ਨੇ ਆਪੋ ਆਪ ਹੀ ਲੜਨਾ ਨਾ। ਕੈਪਟਨ ਇਹ ਤਾਂ ਨਹੀਂ ਕਹੂੰਗਾ ਵੀ ਮੇਰੀ ਸੀਟ ਤੂੰ ਜਿੱਤ ਲਾ, ਕੈਪਟਨ ਨੂੰ ਆਪਣੀ ਲੋੜ ਆ। ਹੁਣ ਵੇਖੋ ਇਹਨਾਂ ਨੇ ਕੀ ਕਰਨਾ ਵਾ, ਕੈਪਟਨ ਸਰਕਾਰ ਵੀ ਜਿਹੜਾ ਬੇਅਦਬੀ ਦਾ ਮਾਮਲਾ ਢਿੱਲਾ ਕਰਨ ਦੀ ਹੋ ਸਕਦਾ ਇਲੈਕਸ਼ਨਾਂ ਦੇ ਲਾਗੇ ਆ ਕੇ ਵੀ ਇਹ ਕਹਿਣ ਵੀ ਇਹਨਾਂ ਨੂੰ ਚੁੱਕੇ ਅੰਦਰ ਕਰ ਦਿਓ ਤਾਂ ਮੈਂ ਫਿਰ ਦੁਬਾਰਾ ਇਲੈਕਸ਼ਨ ਜਿੱਤ ਸਕਦਾ, ਇਤਨਾ ਹੋ ਸਕਦਾ ਹੈ ਮੇਰੇ ਆਪਣੇ ਨਹੀਂ ਲੱਗਦਾ ਹੈ ਕਿ ਬਾਦਲ ਸਾਹਿਬ ਮੁੜ ਕੇ ਉਹ ਜਿਹੜਾ ਨਹੀਂ ਵੀ ਕੰਮ ਲੋਕ ਸੋਚਦੇ ਸੀ ਵੀ ਇਹ ਹੁਣ ਬਿਲਕੁਲ ਇਸ ਤਰ੍ਹਾਂ ਆ ਕੇ ਇਕੱਲਾ ਸਿੱਖ ਪੰਥ ਦੇ ਅੱਗੇ ਖੜਾ ਵੀ ਹੋਊਗਾ, ਮੇਰੇ ਲੱਗਦਾ ਹੈ ਕਿ ਇਸ ਤਰ੍ਹਾਂ ਆਊਗਾ। ਦੇਖੋ ਭਾਜਪਾ ਦਾ ਨਾਲ ਤਾਂ ਇਹਨਾਂ ਦੀ ਗੱਲ ਨਹੀਂ ਹੋਈ, ਦਾਲ ਦੀ ਗੱਲ ਨਹੀਂ, ਭਾਜਪਾ ਨੇ ਤਾਂ ਇਹਨਾਂ ਨੂੰ ਸਿੱਧੇ ਸੰਕੇਤ ਦੇ ਦਿੱਤੇ ਆ। ਹੁਣ ਇਹ ਜਿਹੜੇ ਦਿੱਲੀ ਗਏ ਆ, ਦਿੱਲੀ ਜਾ ਕੇ ਇਹਨਾਂ ਨੇ ਸਮਰਥਨ ਦਿੱਤਾ, ਇਹ ਇਹਨਾਂ ਤੇ ਮਰਦੀ ਨੇ ਆ ਕੇ ਚੱਬਿਆ ਵਾਲਾ ਕੰਮ ਹੈ ਜੀ, ਮਰਦੀ ਨੇ ਚੱਕਿਆ ਵੀ ਇਹ ਹੁਣ ਆਪਣੀ ਗਰਾਊਂਡ ਤਲਾਸ਼ਣ ਡੇ ਨੇ। ਹਾਂਜੀ, ਇਹਨਾਂ ਨੇ ਜਥੇਦਾਰ ਹਰਪ੍ਰੀਤ ਸਿੰਘ ਹੋਣਾ ਨੂੰ ਜਾਂ ਕੁਝ ਵੀ ਆ, ਜੇ ਉਹਨਾਂ ਨੂੰ ਇੰਡੀਪੈਂਡੈਂਟ ਕਰ ਦੇਣ ਤਾਂ ਫਿਰ ਇਹਨਾਂ ਦਾ ਥੋੜ੍ਹਾ ਜਿਹਾ ਬਚਾਅ ਹੋਵੇਗਾ। ਜੇ ਜਥੇਦਾਰ ਹਰਪ੍ਰੀਤ ਸਿੰਘ ਜੇ ਇੰਡੀਪੈਂਡੈਂਟ ਆਪਣੇ ਫੈਸਲੇ ਲੱਲੇ ਤਾਂ ਕੌਮ ਦਾ ਫਿਰ ਬਾਜੇਗਾ, ਇਹਨਾਂ ਦਾ ਵੀ ਕੋਈ ਨਾ ਕੁਝ ਰਹਿ ਜਾਏਗਾ। ਅਦਰਵਾਈਜ਼ ਇਹ ਜੇ ਇਹਨਾਂ ਨੂੰ ਕੋਈ ਪੁੱਛਦਾ ਤਾਂ ਸਿੱਖਾਂ ਤੋਂ ਬਿਨਾਂ ਅਕਾਲੀਆਂ ਨੂੰ ਕਿਸੇ ਨੇ ਨਹੀਂ ਪੁੱਛਣਾ ਕਿਤੇ ਨਾ ਕਿਤੇ। ਮੈਂ ਇਹ ਕਹਿੰਦਾ ਵਾ ਕਿ ਜੇ ਤੁਸੀਂ ਮਾਫ਼ੀ ਮੰਗ ਕੇ ਅਕਾਲ ਤਖ਼ਤ ਸਾਹਿਬ ਤੋਂ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦੇ ਹੋ, ਜੇ 40 ਮੁਕਤੇ ਸੀਗੇ, 40 ਮੁਕਤਿਆਂ ਨੇ ਆਪਣਾ ਜਿਹੜਾ ਵਿਦਾਵਾ ਦੇ ਕੇ ਦਿੱਤਾ ਸੀ, ਉਹਨਾਂ ਨੇ ਪੜਵਾ ਲਿਆ ਸੀਗਾ ਕਿ ਤੁਸੀਂ ਵੀ ਗੁਰੂ ਦੀ ਸ਼ਰਨ 'ਚ ਆਓ, ਕਿਤੇ ਨਾ ਕਿਤੇ ਤੁਹਾਡਾ ਹੋ ਸਕਦਾ ਭਲਾ ਹੋ ਜਾਏ, ਗੁਰੂ ਤੁਹਾਨੂੰ ਮਾਫ਼ ਕਰ ਦੇ, ਜੇ ਗੁਰੂ ਮਾਫ਼ ਕਰ ਦੇਗਾ ਤਾਂ ਸੰਗਤ ਨੂੰ ਤੁਹਾਨੂੰ ਆਪੇ ਮਾਫ਼ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।